हाँ जी, थोड़ा शुभ नाम की है जी? मेरा शुभ नाम जी रितु मल्होत्रा। कितों रहने वाले हो? मैं डोगरा महल की रहने वाली हाँ जी। हाँ जी। मैं 4 महीने तो उत्थे फ्लैट लिता हैगा। साढ़े सामने एक लेडी 7 साल तो रह रही हैगी है। ਉਹਦਾ ਕਰੈਕਟਰ ਅੱਛਾ ਨਹੀਂ ਹੈਗਾ, ਸਾਨੂੰ ਤੰਗ ਪਰੇਸ਼ਾਨ ਕਰਦੀ ਹੈ। ਮੇਰੇ ਜਵਾਨ ਜਹਾਨ ਬੱਚੇ ਨੇ ਘਰ 'ਚ, ਉਹਨਾਂ ਨੂੰ ਪੜ੍ਹਨ 'ਚ ਡਿਸਟਰਬਨ ਹੁੰਦੀ ਹੈ ਅਤੇ ਉਹ ਸਾਡੇ 'ਤੇ ਗਲਤ ਐਲੀਗੇਸ਼ਨ ਲਾ ਕੇ, ਝੂਠੀਆਂ ਦਰਖਾਸਤਾਂ ਦੇ ਕੇ ਸਾਨੂੰ ਵਾਰ ਵਾਰ ਥਾਣੇ ਬੁਲਾ ਕੇ ਹਰਾਸ਼ਮੈਂਟ ਕਰਾਉਂਦੀ ਹੈ। ਐਸ ਆਈ ਹਰਪਾਲ ਸਿੰਘ ਜੋ ਕਿ ਇਸ ਦੇ ਫੋਨ ਕਰੇ 'ਤੇ ਆ ਜਾਂਦਾ ਹੈਗਾ, ਅਸੀਂ ਫੋਨ ਕਰਦੇ ਹਾਂ ਤਾਂ ਉਹ ਬੰਦਾ ਕਦੀ ਨਹੀਂ ਆਉਂਦਾ। ਇਸ ਲੇਡੀ ਦੇ ਕਹਿਣ 'ਤੇ, ਮਨਜਿੰਦਰ ਕੌਰ ਦੇ ਕਹਿਣ 'ਤੇ ਸਾਡੇ ਨਾਲ ਸਾਡੇ ਘਰ ਦੇ ਵਿੱਚ ਵੜ ਕੇ ਹੱਤਾਪਾਈ ਤੱਕ ਕਰਦਾ ਹੈਗਾ। ਇਹ ਲੇਡੀ ਰਾਤ ਨੂੰ 12-12 1-1 ਵਜੇ ਸ਼ਰਾਬਾਂ ਪੀ ਕੇ ਵੜਦੀ ਹੈ, ਬੰਦੇ ਲੈ ਕੇ ਆਉਂਦੀ ਹੈ, ਨੰਗੀ ਹੋ ਹੋ ਕੇ ਨੱਚਦੀ ਹੈਗੀ ਆ। ਤਾਂ ਸਾਨੂੰ ਇਸ ਤੋਂ ਆਪਣੀ ਜਾਨ ਦਾ ਵੀ ਖਤਰਾ ਹੈਗਾ, ਇਸ ਲਈ ਅਸੀਂ ਆਪਣੇ ਸਿਕਿਉਰਿਟੀ ਵਾਸਤੇ ਆਪਣੇ ਘਰ 'ਚ ਕੈਮਰੇ ਲਗਵਾਏ। ਲੇਕਿਨ ਇਹ ਉਸ ਚੀਜ਼ 'ਤੇ ਵੀ ਐਲੀਗੇਸ਼ਨ ਚੱਕਦੀ ਹੈ, ਪੁਲਿਸ ਵਾਲਿਆਂ ਨੂੰ 9-9 ਵਜੇ ਲਿਆ ਕੇ ਸਾਡੇ ਘਰ ਦੇ ਅੰਦਰ ਬਣਵਾ ਕੇ ਹੱਤਾਪਾਈ ਕਰਵਾਉਂਦੀ ਹੈ ਹਰਪਾਲ ਸਿੰਘ ਤੋਂ, ਜੋ ਕਿ ਇਸਦੀ ਫੋਨ 'ਤੇ ਮਿੰਟ 'ਚ ਪਹੁੰਚ ਜਾਂਦਾ ਹੈਗਾ। ਅਸੀਂ ਜੇ ਰਾਤ ਨੂੰ ਫੋਨ ਕਰੀਏ ਤਾਂ ਵੀ ਨਹੀਂ ਆਉਂਦਾ, ਉਹ ਜਦ ਮਰਜ਼ੀ ਫੋਨ ਕਰਦੇ, ਉਹ 1 ਮਿੰਟ ਸਕਿੰਟ 'ਚ ਇਹਦੇ ਕਹੇ 'ਤੇ ਆ ਕੇ ਸਾਡੇ ਘਰ ਦੇ ਬੈੱਡਰੂਮ ਤੱਕ ਪਹੁੰਚ ਕੇ ਮੇਰੇ ਬੱਚਿਆਂ ਨਾਲ ਤੱਕ ਬਦਤਮੀਜ਼ੀ ਕੀਤੀ ਹੈ। ਕੱਲ੍ਹ ਵੀ ਮੇਰਾ ਹੱਥ ਫੜ ਕੇ ਘੜੀਸਣ ਦੀ ਕੋਸ਼ਿਸ਼ ਕੀਤੀ। ਇਹ ਜਨਾਨੀ ਜਮੀ ਕਰੈਕਟਰ ਲੂਜ਼ ਹੈਗੀ ਹੈ, 2-2 ਇਹਦੇ ਡਿਵੋਰਸ ਹੋਏ ਵੇ ਨੇ, ਪੁਲਿਸ ਵਾਲਿਆਂ ਨੂੰ ਇਹ ਬਲੈਕਮੇਲ ਕਰਦੀ ਹੈਗੀ ਹੈ। ਇਸ ਤੋਂ ਅਸੀਂ ਬਹੁਤ ਤੰਗ ਪਰੇਸ਼ਾਨ ਹਾਂ, ਇਸ ਤੋਂ ਸਾਨੂੰ ਛੁਟਕਾਰਾ ਦਿਲਾਇਆ ਜਾਵੇ।